ਅਤੇ ਆਸੇ ਪਾਸੇ ਜੋ ਰੈਸਟੋਰੈਂਟ ਨੇ ਉਹਨਾਂ 'ਚੋਂ ਹਿੱਲ ਵਿਊ ਰਿਜ਼ੋਰਟ 'ਤੇ ਮੈਂ ਰੁਕਿਆ ਸੀਗਾ ਅਤੇ ਬਾਈ ਜੀ ਨੇ ਮਦਦ ਕਰਤੀ ਸੀਗੀ, ਮੇਰਾ ਸਮਾਨ ਵੀ ਲੈ ਕੇ ਆਇਆ ਅਤੇ ਨਾਲੇ ਮੈਨੂੰ ਰਹਿਣ ਲਈ ਵੀ ਜਗ੍ਹਾ ਦਿੱਤੀ। ਇਹ ਪੈਂਗੋਂਗ ਲੇਕ ਦੇ ਸਾਹਮਣੇ ਜਿੱਥੇ 3D ਫਿਲਮ ਸ਼ੂਟਿੰਗ ਹੋਈ ਆ ਉਹਦੇ ਸਾਹਮਣੇ ਇਹ ਰਿਜ਼ੋਰਟ ਆ, ਅਤੇ ਬਾਈ ਦਾ ਜਿਹੜਾ ਇਹ ਬਹੁਤ ਸੋਹਣਾ, ਅਤੇ 3 ਕੋਟੇਜ ਨੇ 4, ਅਤੇ ਵਧੀਆ ਨੇ, ਘਰ ਵਰਗੀ ਫੀਲਿੰਗ ਆਉਂਦੀ ਹੈਗੀ ਰਹਿ ਕੇ। 8 ਵਜੇ ਦਾ ਸਮਾਂ ਹੈਗਾ ਅਤੇ ਮਿੰਨੀ ਮਿੰਨੀ ਬਾਰਿਸ਼ ਕਿਤੇ ਵੱਧ ਜਾਂਦੀ ਕਿਤੇ ਘੱਟ ਜਾਂਦੀ ਆ। ਪੈਂਗੋਂਗ ਲੇਕ ਦਾ ਜਿੱਥੇ 3D ਫਿਲਮ ਹੋਈ ਸੀਗੀ ਸ਼ੂਟਿੰਗ ਪੁਆਇੰਟ, ਐਕਚੁਅਲ ਸ਼ੂਟਿੰਗ ਪੁਆਇੰਟ ਵਾਲਾ ਏਰੀਆ ਹੈਗਾ, ਅਤੇ ਉੱਪਰ ਬਰਫ਼ ਪੈ ਰਹੀ ਹੈਗੀ ਗਲੇਸ਼ੀਅਰ ਪਹਾੜਾਂ ਉੱਤੇ, ਪੈਂਗੋਂਗ ਰੇਂਜ ਪਹਾੜੀਆਂ ਉੱਤੇ। ਅਤੇ ਜਿਹੜਾ ਵਾਪਸ ਜਾ ਰਹੀਆਂ ਨੇ ਗੱਡੀਆਂ, ਇਹ ਖਲਸਰ ਟੀ ਪੁਆਇੰਟ ਉੱਧਰ ਖਰਦੁੰਗਲ ਵਾਲੀ ਸਾਈਡ ਨੂੰ ਜਾ ਰਹੀਆਂ ਨੇ ਹੁਣ, ਜਾਂ ਇੱਥੋਂ ਸਿੱਧਾ ਚਲਾਂਗ ਪਾਸ ਹੁੰਦੇ ਹੋਏ ਕਾਰੂ ਲੇਹ ਜਾ ਵੜਨਗੀਆਂ। ਦੋਵਾਂ 'ਚੋਂ ਇੱਕ ਸੂਰਤ ਆ ਗਈ ਗੱਡੀਆਂ ਦੀ। ਲਕਸ਼ਮਣ ਸਿੰਘ ਦਾਨੂ ਬਾਈ ਦਾ ਨਾਮ ਆ, ਸੋਰੀ ਗਲਤੀ ਹੋ ਜਾਂਦੀ ਆ। ਅਤੇ ਬਹੁਤ ਵਧੀਆ ਬਾਈ ਨੇ ਟੀ ਸ਼ਰਟ ਬਣਾਈ, ਉਹ ਕਿਤੇ ਸਮਾਂ ਲੱਗਿਆ ਤਾਂ ਮੈਂ ਵੀ ਐਂ ਬਣਾਊਂਗਾ। ਅਤੇ ਬਾਈ ਅਮਿਤ ਕੁਮਾਰ ਬਾਈ ਅਤੇ ਦਿੱਲੀ ਤੋਂ ਸਫ਼ਰ ਕਰ ਰਹੇ ਨੇ, ਅਤੇ ਹੁਕਮ ਜੇ ਕੋਈ ਗੱਲ ਨਹੀਂ ਵੀਰ। ਅਤੇ ਨਹੀਂ ਨਹੀਂ ਬਹੁਤ ਛੋਟਾ ਬੜਾ ਹੋ ਜਾਏਗਾ ਬਾਈ, ਹਾਂ ਕੋਈ ਬਾਤ ਨਹੀਂ ਉਹ ਤਾਂ। ਅਤੇ ਹੁਣ ਅਸੀਂ ਚਾਹ ਚੂ ਪੀਂਦੇ ਹਾਂ, ਅਤੇ ਬਾਈ ਹੋਰੀ ਮਿਲੇ ਸੀ ਕੱਲ੍ਹ ਇੱਥੇ ਪੈਂਗੋਂਗ ਲੇਕ 'ਤੇ, ਬਹੁਤ ਵਧੀਆ ਲੱਗਿਆ ਵੀਰ ਨਾ। ਅਤੇ ਬਾਈ ਨੇ ਇੱਕ ਤਾਂ ਲੂਪ ਦੇ ਤੀ ਮੈਨੂੰ, ਇੱਕ ਆਹ 1-0, ਅਤੇ ਸਮਾਨ ਉਹਦੇ ਕਿਨੂੰ ਘਟਾਉਣ ਦੀ ਬਜਾਏ ਵੱਧਦਾ ਹੀ ਜਾਂਦਾ ਹੌਲੀ ਹੌਲੀ। ਵੀਡੀਓ ਦੇਖ ਰਹੇ ਸਾਰੇ ਵੀਰ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਅਤੇ ਮੇਰਾ ਨਾਮ ਹੰਗਰੇਜ ਸਿੰਘ, ਪਿੰਡ ਝੱਖੜਾਲਾ, ਜ਼ਿਲ੍ਹਾ ਫਰੀਦਕੋਟ, ਪੰਜਾਬ ਤੋਂ ਹੀ ਸਫ਼ਰ ਕਰ ਰਹੇ ਹਾਂ ਲੇਹ ਲਦਾਖ। ਲਦਾਖ ਦੇ ਪੈਂਗੋਂਗ ਲੇਕ ਨਾਮੀ ਜਗ੍ਹਾ 'ਤੇ ਪਹੁੰਚੇ ਹੋਏ ਹੈਗੇ, ਅਤੇ ਇਹ ਬਹੁਤ ਵੇਖਣ 'ਚ ਵੀ ਅੱਖੀ ਦੇਖਣ 'ਚ ਬਹੁਤ ਖੂਬਸੂਰਤ ਹੈਗੀ। ਵੀਡੀਓ 'ਚ ਦੇਖਦੇ ਸੀਗੇ, ਉਦੋਂ ਵੱਧ ਅੱਖੀ ਦੇਖਣ 'ਚ ਬਹੁਤ ਖੂਬਸੂਰਤ ਹੈਗੀ। ਇਹ ਸਮੁੰਦਰ ਲੈਵਲ ਤੋਂ 4,350 ਫੁੱਟ ਉੱਚੀ ਹੈਗੀ, ਅਤੇ 5 ਕਿਲੋਮੀਟਰ ਦਾ ਦਾਇਰਾ ਚੌੜਾ ਹੈਗਾ, 328 ਕਿਲੋਮੀਟਰ ਇਹਦੀ ਲੰਬਾਈ ਹੈਗੀ। 1/3 ਹਿੱਸਾ ਭਾਰਤ ਵਿੱਚ ਆ, ਅਤੇ 2/3 ਚਾਈਨਾ ਬਾਰ ਵਿੱਚ ਹੈਗਾ, ਅਤੇ ਸਰਹੱਦੀ ਇਲਾਕੇ ਨਾਲ ਲੱਗਦੇ ਹੋਏ ਕਰਕੇ ਖਿੱਚ ਦਾ ਕੇਂਦਰ ਹੈਗਾ। ਜ਼ਿਆਦਾ ਇਹਨੂੰ ਪ੍ਰਸਿੱਧੀ 3D ਫਿਲਮ ਤੋਂ ਮਿਲੀ ਹੈਗੀ, ਅਤੇ ਇੱਥੇ ਰਾਈਡਿੰਗ ਵਜੋਂ ਯਾਕ ਦੀ ਸਵਾਰੀ ਕਰਾਈ ਜਾਂਦੀ ਹੈ, ਘੋੜਿਆਂ ਦੀ ਫੋਟੋ ਵਗੈਰਾ ਬਣੇ ਹੋਏ ਨੇ, ਸਕੂਟਰ 'ਤੇ 3D ਫਿਲਮ ਨੂੰ ਫਿਲਮਾਇਆ ਹੋਇਆ ਹੈਗਾ ਇੱਥੇ, ਅਤੇ ਜਬ ਤੱਕ ਹੈ ਜਾਣ ਫਿਲਮ ਦੀ ਵੀ ਸ਼ੂਟਿੰਗ ਹੋਈ ਹੈਗੀ। ਅਤੇ ਇਹਨਾਂ ਚੀਜ਼ਾਂ ਕਰਕੇ ਜਾਂ ਫਿਲਮਾਂ ਦੀ ਸ਼ੂਟਿੰਗਾਂ ਕਰਕੇ ਇਹਨੂੰ ਪ੍ਰਸਿੱਧੀ ਵੱਧ ਪ੍ਰਾਪਤ ਹੋਈ ਹੈਗੀ। ਲਗਾਤਾਰ ਸੈਲਾਨੀਆਂ ਦਾ ਖਿੱਚ ਦਾ ਕੇਂਦਰ ਹੈਗਾ TSO ਪੈਂਗੋਂਗ, ਲਦਾਖ ਦੇ ਪ੍ਰਸਿੱਧ ਲੇਕਾਂ ਵਿੱਚੋਂ ਖਾਰੇ ਪਾਣੀ ਦੀ ਸਭ ਤੋਂ ਉੱਚੀ ਝੀਲ ਭਾਰਤ ਦੀ ਇਹ ਹੈਗੀ, ਅਤੇ ਸਭ ਤੋਂ ਵੱਡੀ, ਬਹੁਤ ਸੋਹਣੀ, ਨੀਲਾ ਪਾਣੀ ਅਤੇ ਬੱਤਕਾਂ ਮੱਛੀਆਂ, ਅਤੇ ਇਹਨਾਂ ਮਹੀਨਿਆਂ 'ਚ ਜਾਨਵਰਾਂ ਪੰਛੀਆਂ ਦਾ ਇਹ ਪ੍ਰਜਨਨ ਇਲਾਕਾ ਗਾ। ਅਤੇ ਯਾਕ ਦੇਖ ਸਕਦੇ ਇੱਥੇ, ਘੋੜੇ ਅਤੇ ਤੀਰ ਅੰਦਾਜ਼ੀ ਕਰ ਦੇ ਪੈਸੇ ਦੇ ਸੇ ਲਾ ਕੇ ਆਪਾਂ ਆਨੰਦ ਮਾਣ ਸਕਦੇ ਹੈਗੇ। ਅਤੇ ਗਲੇਸ਼ੀਅਰ ਵਿਊ ਪੁਆਇੰਟ ਮਿਲਦਾ ਨਾਲ ਦੀ ਨਾਲ, ਪਾਣੀ ਦਾ ਨੀਲਾ ਰੰਗ ਅਤੇ ਖੂਬਸੂਰਤ ਪਹਾੜੀਆਂ ਜਿਹੜੀਆਂ ਗਾ ਹਲਕੀਆਂ ਤਰਸ਼ੀਆਂ ਨੇ ਦੇਖਣ ਨੂੰ ਮਿਲ। ਪਾਲਤੂ ਹੈਗਾ ਯਾਕ ਹੈਗਾ ਇੱਧਰਲਾ, ਸਹੀ ਯਾਕ ਜਿਹੜਾ ਹੈਗਾ 50 ਰੁਪਏ ਸਵਾਰੀ ਦੇ ਹੈਗੇ ਘੋੜੇ 'ਤੇ, ਯਾਕ ਦੀ ਦੇ ਕੰਮ ਲੋਟ ਹੈਗਾ ਹੈਗਾ। ਇਹ ਮੌਲਾ ਇੱਥੇ ਫਿਲਮ ਦੀ ਸ਼ੂਟਿੰਗ ਹੋਈ ਸੀ, ਬਾਅਦ 'ਚ ਇਹ ਫੇਮਸ ਹੋਈ ਹੈਗੀ, ਆ ਲੇਕ ਪਹਿਲਾਂ ਜ਼ਿਆਦਾ ਨਹੀਂ ਸੀ ਪਤਾ। ਦੇਖੋ ਮੇਰੇ ਇੱਥੋਂ ਨਹੀਂ ਲੱਗੀ ਕਿ ਬਾਈ ਕਹਿੰਦਾ ਮੈਂ ਦੂਰੋਂ ਲਾ ਕੇ ਦਿਖਾਉਣਾ ਗਾ।
ये भाई, ये लगाया भाई ने। वर्ल्ड एट TIC कैंप इधरले पास ने बइए को रुकिया सी मैं हिल रिजोर्ट बई बई ने मैनू रहना ते खान पीना मदद वजो फ्री करता बई खड़ा है ते जे किते तुसी पेंगोंग आने वीर तो हिल रिजोर्ट जरूर रुकियो जी जे मेरी वीडियो देखते हैं ते बई बहुत वधिया बंदा गा ते रिजोर्ट चलाउंदा गा ते नाल उहदी घरवाली ओह दोवें जी चलाउंदे ने। चलो ओके सर मिलते हैं। ते पेंगोंग ते शूटिंग पॉइंट वेंदे विखाउंदे मैनू 11 बज गया ते हुण वधदे आगे सुशल दी तरफ चढ़ाई उतराई अई मिलदी रहनी आ। तो ये समान घटाने की बजाय थोड़ा जहा होर वध गया वो बइया ने एक तो लिफाफा दिता कहा कवर जिन प्लास्टिक कवर समान ढकन वास्ते एक बंजी रूप दी दिल्ली वाले गुड़गांव वाले बइया ने। पेंगोंग लेक तो सुशल तक राह केंद्र साफ आ ठीक आ वधिया गा 3-4 दिन के ऑफ रोड तो बाद रास्ता वधिया मिलिया गा थोड़े कने झरने नाले तो मिलते रहते ने ये तो जरूरी आ इन्हों तो बिना फिर एडवेंचर ही की है जा टूर ही जा ट्रैवलिंग ही किस गल की पहाड़ा च जे आ चीज़ा ही ना मिलियां तो इस 100-100 एक एक किलोमीटर तो बाद झरने जेडे वाटर क्रॉसिंग है की आ रही है कि सोहने ने ते नाल दी नाल ये जेडे सीधे पेंगोंग लेक च बढ़ जाते हैं तो पेंगोंग लेक जी है ज़्यादा हिस्सा चीन को गई ता करके पानी की जी सही वरतों तो सही हकदार चीन हो रहा गा भारत के पानी का। तो इतने लिखा है एस्ट्रोनॉट माई नाइट्स तो जोड़ा मान विलेज हैगा पिंड हैगा तो कहते टेलीस्कोप राही मिल्क वे गलैक्सी हैगी सारी देखी जा सकती हैगी। तो आ जी मान पिंड जिमें कई गोत मान हों तो टैग करो मान गोत वाले बइया हेल्थ एंड वैलनेस सेंटर देख रहे हैं आ रहा फिर थले है चलो इतों भी छड़ दें गांह तो लवेंगे तो इतने भी होम स्टे कैटेज या रहन का प्रबंध हैगा लेक दे नेड़े तेड़े। तो धार्मिक पूजा पाठ के अनुसार पत्थर से जी है पत्थर कला उत्थे अजे ज्यौंदी हैगी पहला जोड़े श्लोक ज धार्मिक ग्रंथ पत्थर से लिखे जाते सी वो अपना पेंगोंग वाले ज लद्दाख देख सकते हैं पत्थर कला का मुढ़ला नमूना जो कापी पेन नहीं सी आए तो जोड़े है ग्रंथ पत्थर से लिखे जाते सी भाषा तो नहीं समझ आती पर दिखा सकते हैं वीरियो लद्दाखी ग्रंथा। तो मान पिंड याक बहुत देसी जा घरेलू पेंडू पशु है तो दुध चुंग रहा है बच्चा बहुत सोहने है तो सामने देख सकते वीर पानी के तीन चार रंग देखने मिलते हैं गंदला भूरा पानी जमा नीला पानी तो हल्का नीला तो गूढ़ा नीला पानी बहुत सोहना लग रहा है व्यू।
ਅਤੇ ਮਾਨ ਪਿੰਡ ਦਾ ਇਲਾਕਾ ਹੈਗਾ ਇਹ, ਉੱਪਰ ਦੀ ਕਰੋਸਿੰਗ ਲੰਘ ਰਹੇ ਹਾਂ ਰੂਟ ਦੇ ਵੱਡੇ ਦੇ। ਚੜ੍ਹਾਈ ਵਾਲਾ ਰਸਤਾ ਹੈਗਾ ਉਹ ਹੈ ਸਾਫ ਹੈਗਾ, ਪੈਂਗੋਂਗ ਦੇ ਲੇਕ ਦੇ ਨਾਲ ਨਾਲ ਬਹੁਤ ਵੱਡੀ ਲੇਕ ਹੈਗੀ। ਗੂਗਲ ਦੇ ਦੱਸਣ ਦੇ ਅਨੁਸਾਰ 238 ਕਿਲੋਮੀਟਰ ਦਾ ਵਾਇਆ ਹੈਗਾ ਇਹਦਾ। ਅਤੇ ਸਾਹਮਣੇ ਦਿਖ ਰਿਹਾ ਪਿੰਡ ਮੈਰਾਕ ਹੈਗਾ, ਮੈਰਾਕ ਤੋਂ ਪਹਿਲਾਂ ਮੈਦਾਨੀ ਇਲਾਕਾ ਜਿਹਾ ਆਉਂਦਾ ਉੱਪਰਲੇ ਪਾਸੇ ਪਹਾੜੀਆਂ ਦੇ, ਬਹੁਤ ਸੋਹਣੀਆਂ ਪਹਾੜੀਆਂ ਨੇ। ਮੈਂ ਅਕਸਰ ਹੀ ਪੇਂਟਿੰਗਾਂ 'ਚ ਐਂ ਬਣਾਉਂਦਾ ਹੁੰਦਾ ਸੀਗਾ, ਸਾਹਮਣੇ ਦਰਿਆ ਹੁੰਦਾ ਸੀਗਾ ਜਾਂ ਨਦੀ ਦਰਿਆ ਜਾਂ ਝੀਲ, ਅਤੇ ਘਰ ਜਾਂ ਕੋਠੜੀ ਟਾਈਪ, ਅਤੇ ਐਂ ਬਰਫ਼ ਵਾਲੇ ਪਹਾੜ ਉਹੋ ਜਿਹੇ ਦੇਖਣ ਨੂੰ ਮਿਲ ਰਹੇ ਹੈਗੇ ਜੇ ਜੇ ਮੈਂ ਉਤਾਰਦਾ ਹੁੰਦਾ ਸੀ ਕਾਪੀਆਂ 'ਤੇ ਨਿੱਕਾ ਹੁੰਦਾ। ਮੈਂ ਮੈਰਾਕ ਪਿੰਡ ਹੈਗਾ, ਬਹੁਤ ਸੋਹਣਾ ਅਤੇ ਸ਼ਾਂਤ ਪਿੰਡ ਹੈਗਾ। ਅਤੇ ਮੈਰਾਕ ਪਿੰਡ ਤੋਂ ਬਾਅਦ ਖਕਟ ਪਿੰਡ ਹੈਗਾ ਜਿਹੜਾ ਟੱਪ ਕੇ ਟੱਪਦੇ ਜਾ ਰਹੇ ਹੈਗੇ, ਅਤੇ ਚੜ੍ਹਾਈ ਪੈ ਰਹੀ ਹੈਗੀ, ਕਿਤੇ ਤੁਰ ਕੇ ਕਿਤੇ ਚੜ੍ਹ ਕੇ ਐਂ ਚੱਲਦਾ ਹੈਗਾ। ਅਤੇ ਸਾਹਮਣੇ ਸਰਹੱਦੀ ਲੇਕ ਪੈਂਗੋਂਗ, ਕੁਛ ਇਲਾਕਾ ਆਪਾਂ ਚੀਨ 'ਚ ਅਤੇ ਕੁਛ ਭਾਰਤ 'ਚ ਦੇਖ ਸਕਦੇ ਵੀਰੋ, ਇਹ ਕੁਦਰਤ। ਅਤੇ ਮੈਂ ਕੁਛ ਦਿਨਾਂ ਤੋਂ ਕੱਲ੍ਹ ਦਾ ਦੇਖ ਰਿਹਾ ਗਾ ਜਿਹੜੀ ਬਾਰਿਸ਼ ਹੈਗੀ ਉਹ ਦੁਰਭਗ ਤੋਂ ਅਤੇ ਸ਼ੋਕ ਦੇ ਪਿਛਲੇ ਪਾਸੇ ਵੱਧ ਪੈਂਦੀ ਹੈਗੀ, ਉੱਧਰਲੇ ਪਾਸੇ ਮੌਸਮ ਖਰਾਬ ਹੀ ਰਹਿੰਦਾ ਵੱਧ। ਸ਼ੂਸ਼ਲ ਤੋਂ 15-20 ਕਿਲੋਮੀਟਰ ਪਿੱਛੇ ਜਿਹੜੀ ਪੈਂਗੋਂਗ TSO ਲੇਕ ਹੈਗੀ, ਇਹ ਚਾਈਨਾ ਵੱਲ ਨੂੰ ਦਸਤਕ ਦੇ ਜਾਂਦੀ ਹੈ, ਘੁੰਮ ਜਾਂਦੀ ਹੈਗੀ ਥੋੜ੍ਹੀ ਜਿਹੀ ਪਾਸੇ ਨੂੰ, ਅਤੇ ਚਾਈਨਾ ਭਾਰਤ ਦਾ ਇਲਾਕਾ ਜਿਹੜਾ ਹੈਗਾ ਸਰਹੱਦੀ, ਇਹ ਹੱਦ ਵਜੋਂ ਜਾਣਿਆ ਜਾਂਦਾ ਹੈਗਾ ਦੋਵਾਂ ਦੇਸ਼ਾਂ ਦੀ। ਅਤੇ ਤਾਂ ਤੋਂ ਖੁਰਦਾ ਗਲੇਸ਼ੀਅਰ ਥੱਲੇ ਬਹਿ ਕੇ ਚਲਾ ਜਾਂਦਾ ਹੈਗਾ ਪੈਂਗੋਂਗ ਝੀਲ 'ਚ, ਅਤੇ ਉੱਪਰ ਪਿੰਡ ਬਸਤੀਆਂ ਅਤੇ ਕੰਟੋਨਮੈਂਟਾਂ ਦੇਖ ਸਕਦੇ ਹਾਂ ਦੋਵੇਂ ਦੇਸ਼ਾਂ ਦੀਆਂ। ਐਂ ਨਹੀਂ ਮੈਨੂੰ ਬਾਹਲੀ ਜਾਣਕਾਰੀ ਹੈ ਨਹੀਂ ਗੀ ਦੋਵਾਂ ਦੇਸ਼ਾਂ ਬਾਰੇ। ਅਤੇ ਇਸ ਜਗ੍ਹਾ ਤੋਂ ਚੀਨ ਦੀਆਂ ਕੁਛ ਕੁ ਬੰਕਰ ਜਾਂ ਝੋਪੜੀਆਂ ਜਿਹੜੀਆਂ ਫੌਜੀ ਝੋਪੜੀਆਂ ਹੁੰਦੀਆਂ ਗੀਆਂ ਉਹ ਦੇਖੀਆਂ ਜਾ ਸਕਦੀਆਂ ਗਾ, ਅਤੇ ਇਦੂਗਾ ਸਾਰਾ ਇਲਾਕਾ ਚੀਨ ਦਾ ਆ ਜਾਂਦਾ ਗਾ, ਅਤੇ ਉਰਲਾ ਏਰੀਆ ਜਿਹੜਾ ਗਾ ਭਾਰਤ ਦਾ ਗਾ ਕੁਛ। ਅਤੇ ਗਾਂਹ ਨੂੰ ਜਾਂਦੇ ਹੋਏ ਝੀਲ ਜਿਹੜੀ ਪੈਂਗੋਂਗ ਝੀਲ ਹੈਗੀ ਪਾ ਚੀਨ 'ਚ ਵੜ ਜਾਂਦੀ ਹੈ, ਅਤੇ ਚੀਨ ਸਾਂਭਦਾ ਇਹਦੀ ਦੇਖ ਰੇਖ, ਅਤੇ ਚੀਨ ਦੇ ਸੈਲਾਨੀਆਂ ਵਾਸਤੇ ਇਹ ਆਕਰਸ਼ਣ ਦਾ ਕੇਂਦਰ ਬਣ ਜਾਂਦੀ ਆ। ਇੱਥੋਂ ਇਦੂ ਬਾਅਦ ਭਾਰਤ ਤਿੱਬਤ ਸੀਮਾ ਪੁਲਿਸ ਬਲ ਸਕਸ਼ਮ 47 ਵਾਹਨ ਦੀਰੇ ਚਲਾਏ, ਇਹ ਲਿਖਿਆ ਹੈਗਾ ਰੇਂਗਜ਼ਾਂਗਲਾ 28 ਕਿਲੋਮੀਟਰ ਆ ਇੱਥੋਂ ਜਿੱਥੇ ਮੈਂ ਖੜ੍ਹਾ ਹਾਂ ਫਿਲਹਾਲ। ਸ਼ੂਸ਼ਲ 15 ਕਿਲੋਮੀਟਰ ਆ ਸਿੱਧਾ ਜਾਣਾ ਗਾ, ਅਤੇ ਥਾਕੋਂਗ ਹੈਗਾ ਗਾ 6 ਕਿਲੋਮੀਟਰ ਇੱਧਰ ਨੂੰ, ਭਾਰਤ ਦੀ ਪਿੰਡ ਨੇ ਇਹ। ਸ਼ੂਸ਼ਲ 'ਚ ਜਿੱਥੋਂ ਦੋ ਰੋਡ ਪਾਟਦੇ ਹੈਗੇ ਉੱਥੇ ਮੈਂ ਟੈਂਟ ਲਾ ਲਿਆ ਗਾ, ਅਤੇ ਇੱਧਰ ਨੂੰ ਰਾਹ ਜਾਂਦਾ ਗਾ ਵਾਰ ਮੈਮੋਰੀਅਲ ਨੂੰ, ਇੱਥੋਂ 17 ਕਿਲੋਮੀਟਰ ਹੈਗਾ ਰੇਂਗਜ਼ਾਂਗ ਵਾਰ ਮੈਮੋਰੀਅਲ, ਅਤੇ ਪਾਣੀ ਦੇ ਕੋਲ ਹੀ ਲਾ ਲਿਆ ਗਾ ਟੈਂਟ, ਵੇਖੀ ਜਾਊ 19-21 ਹੋਈ ਤਾਂ, ਊਂ ਦਾ ਮੌਸਮ ਠੰਡਾ ਹੀ ਸੀਗਾ। ਇੱਥੇ ਪਿੰਡ ਹਜੇ ਦੂਰ ਰਹਿ ਜਾਂਦਾ ਗਾ, ਮੈਂ ਇੱਧਰ ਹੀ ਲਾ ਲਿਆ। ਚਲੋ ਉਹ ਬਾਈਆਂ ਤੋਂ ਖਾਣ ਪਾਣ ਕਰ ਲਾਂਗੇ ਅਤੇ ਫੋਨ ਚਾਰਜ ਕਰ ਲਾਂਗੇ, ਅਤੇ ਇਹ ਆਪਣਾ ਰਹਿਣ ਬਸੇਰਾ ਅੱਜ ਦਾ। ਅਤੇ ਸ਼ੂਸ਼ਲ ਮੈਂ ਪਹੁੰਚ ਗਿਆ ਸੀਗਾ 5:30-6 ਵਜੇ ਦੇ ਲਗਭਗ, ਅਤੇ ਟੈਂਟ ਤਾਂ ਮੈਂ ਲਾ ਲਿਆ ਸੀਗਾ, ਮੈਂ ਕਿਹਾ ਇਕੱਲਾ ਜਿਹਾ ਸੀਗਾ, ਅਤੇ ਮੈਂ ਇੱਧਰ ਨੂੰ ਆ ਗਿਆ, ਇਹਨਾਂ ਦੀ ਪਾਰਟੀ ਚੱਲੀ ਜਾਂਦੇ ਸਾਰੇ ਲਾਮਾ ਨੇ ਗੁਰੂ ਨੇ ਇੱਥੋਂ ਦੇ, ਸਾਹਮਣੇ ਮਨਿਸਟਰੀ ਹੈਗੀ ਇੱਥੋਂ ਦੀ, ਅਤੇ ਇਹ ਪਾਰਟੀ ਕਰ ਰਹੇ ਨੇ, ਅਤੇ ਮੈਂ ਇਹਨਾਂ ਕੋਲ ਆ ਗਿਆ, ਹੁਣੇ ਫੁੱਟਬਾਲ ਖੇਡਿਆ ਨੇ, ਫੁੱਟਬਾਲ ਖੇਡਣ ਲੱਗ ਗਿਆ ਥੋੜ੍ਹਾ ਜਿਹਾ ਮੈਂ, ਹੁਣ ਮੈਂ ਕਿਹਾ ਵੀਡੀਓ ਬਣਾ ਲਿਆ, ਫੋਨ ਚਾਰਜ ਹੋ ਗਿਆ ਜੀ ਥੋੜ੍ਹਾ ਜਿਹਾ, ਅਤੇ ਵਧੀਆ ਲੱਗ ਰਿਹਾ ਹੈਗਾ, ਠੀਕ ਹੈ ਮਾਹੌਲ।